ਹੋਲਾ ਮਹੱਲਾ ਦੇ ਮੌਕੇ ਗੁਰਦੁਆਰਾ ਸਾਹਿਬ ਦੇ ਬਾਹਰ ਜ਼ੋਰਦਾਰ ਧਮਾਕਾ। ਤਿੜਕ ਗਈਆਂ ਗੁਰੂ ਘਰ ਦੀਆਂ ਕੰਧਾਂ, ਲੋਕਾਂ ਦੇ ਵਿੱਚ ਫੈਲੀ ਦਹਿਸ਼ਤ। ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਵਿੱਚ ਬੀਤੀ ਦਿਨੀ ਇੱਕ ਵੱਡਾ ਹਾਦਸਾ ਵਾਪਰਿਆ ਹੈ। ਬੀਤੀ ਰਾਤ ਦੀ ਇਹ ਘਟਨਾ ਹੈ ਜਦੋਂ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ ਇੱਕ ਵੱਡਾ ਧਮਾਕਾ ਹੋਇਆ ਹੈ, ਵੱਡਾ ਬਲਾਸਟ ਹੋਇਆ। ਗੁਰਦੁਆਰਾ ਬੈਠਕ ਮਾਨ ਸਿੰਘ ਦੇ ਬਾਹਰ ਦੀ ਇਹ ਘਟਨਾ ਹੈ। ਫਿਲਹਾਲ ਦੱਸਿਆ ਜਾ ਰਿਹਾ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਗੁਰੂ ਘਰ ਦੀਆਂ ਜਿਹੜੀਆਂ ਬਾਹਰੀ ਕੰਧਾਂ ਨੇ ਉਹ ਨੁਕਸਾਨੀਆਂ ਗਈਆਂ ਨੇ ਅਤੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਫਿਲਹਾਲ ਮੌਕੇ ਤੇ ਪਹੁੰਚੀਆਂ ਰਾਹਤ ਦੀ ਟੀਮਾਂ ਦੇ ਵੱਲੋਂ ਸੁਰੱਖਿਆ ਬਲਾਂ ਦੇ ਵਿੱਚੋਂ ਵਧਾਈ ਗਈ ਹੈ ਸੁਰੱਖਿਆ। ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਕਿ ਦੇਰ ਰਾਤ ਨੂੰ ਜਿਹੜਾ ਇਹ ਹਾਦਸਾ ਵਾਪਰਿਆ ਹੈ। ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ, ਫੌਜ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਫੋਰੈਂਸਿਕ ਟੀਮਾਂ ਨੇ ਜਿਨ੍ਹਾਂ ਦੇ ਵੱਲੋਂ ਸੈਂਪਲ ਲਏ ਜਾ ਰਹੇ ਨੇ, ਤਾਂ ਤਸਵੀਰਾਂ ਤੁਸੀਂ ਲਗਾਤਾਰ ਸਕਰੀਨ 'ਤੇ ਦੇਖ ਸਕਦੇ ਹੋ ਇਸ ਧਮਾਕੇ ਦੀਆਂ, ਜਿਸ ਨੇ ਲੋਕਾਂ ਦੇ ਮਨਾਂ ਦੇ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ। ਤਾਂ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਪਤਾ ਲੱਗਿਆ ਹੈ ਕਿ ਅੱਤਵਾਦੀਆਂ ਦੇ ਵੱਲੋਂ ਚੀਨੀ ਹੱਥ ਗੋਲੇ ਸੁੱਟੇ ਜਾਣ ਤੋਂ ਬਾਅਦ ਇਹ ਧਮਾਕਾ ਹੋਇਆ ਹੈ। ਤਾਂ ਇਸ ਮੌਕੇ ਪੂਰੇ ਇਲਾਕੇ ਦੇ ਵਿੱਚ ਘੇਰਾਬੰਦੀ ਕਰ ਦਿੱਤੀ ਗਈ ਹੈ। ਤਾਂ ਇਸ ਮੌਕੇ ਗੁਰਦੁਆਰਾ ਕਮੇਟੀ ਦੇ ਸਕੱਤਰ ਬਲਬੀਰ ਸਿੰਘ ਨੇ ਇਸ ਘਟਨਾ ਬਾਬਤ ਕੀ ਦੱਸਿਆ, ਆਓ ਸੁਣਦੇ ਹਾਂ। ਜੋ ਬਲਾਸਟ ਹੋਇਆ ਹੈ, ਇਹ ਮੇਰਾ ਖਿਆਲ ਹੈ ਗ੍ਰਨੇਡ ਫੇਂਕਿਆ ਗਿਆ ਹੈ। ਜੋ ਗ੍ਰਨੇਡ ਹੈ ਉਹ ਹਮਾਰਾ ਜੋ ਬਾਥਰੂਮ ਹੈ ਇਸਕੀ ਦੀਵਾਰੋਂ ਕੇ ਸਾਥ ਸਾਥ ਉਹ ਸਾਰਾ ਲਗਾ ਹੋਇਆ ਹੈ, ਔਰ ਇਸਕੇ ਸਾਥ ਸਾਥ ਜੋ ਪੂਰੀ ਐਡਮਿਨਿਸਟ੍ਰੇਸ਼ਨ ਹੈ, ਖਾਸ ਕਰਕੇ SSP ਪੁੰਛ ਔਰ ਉਨਕੀ ਪੂਰੀ ਟੀਮ ਜੋ ਹੈ ਉਸਕੇ ਸਾਥ ਡਿਸਟ੍ਰਿਕਟ ਡਿਵੈਲਪਮੈਂਟ ਕਮਿਸ਼ਨਰ ਪੁੰਛ, ਉਹ ਆਏ ਹੈ ਹਮਾਰੇ ਆਫਿਸ ਮੇਂ ਬੈਠ ਕੇ ਉਨ੍ਹਾਂ ਨੇ ਸਾਰੀ ਜੋ ਬਾਤ ਕੀ ਹੈ। ਹਮਾਰੇ ਸਾਥ ਇਸ ਵਕਤ ਜੋ ਗੁਰਦੁਆਰਾ ਸਾਹਿਬ ਪੁਰਾਣੀ ਪੁੰਛ ਕੇ ਪ੍ਰਧਾਨ ਸਾਹਿਬ ਵੀ ਪਹੁੰਚ ਗਏ ਹੈ, ਔਰ ਬੜੇ ਅੱਛੇ ਤਰੀਕੇ ਸੇ ਵੈਰੀਫਿਕੇਸ਼ਨ ਕਰ ਰਹੇ ਹੈ, ਔਰ ਜੋ ਫੁਟੇਜ ਹੈ ਜੋ ਇਸ ਵਕਤ ਉਨਕੋ ਮਿਲੇ ਹੈ, ਜੋ ਹਮਾਰੀ ਯਹਾਂ ਕੇ ਲੋਕਲ CIDs ਹੈ ਉਹ ਵੀ ਕੰਮ ਕਰ ਰਹੀ ਹੈ, ਔਰ ਮੈਂ ਇਹ ਕਹੂੰਗਾ ਜਿਸ ਆਦਮੀ ਨੇ ਇਹ ਹਰਕਤ ਕੀ ਹੈ, ਇੱਕ ਰਿਲੀਜੀਅਸ ਪਲੇਸ ਪੇ ਉਸਨੇ ਇਹ ਕੋਸ਼ਿਸ਼ ਕੀ ਹੈ ਕਿ ਇਹ ਗ੍ਰਨੇਡ ਕਾ ਧਮਾਕਾ ਕਰਨੇ ਕੀ, ਇਹ ਉਸਕੋ ਮੈਂ ਹਮ ਇਹ ਕਹਿਣਾ ਚਾਹਤੇ ਹੈ ਆਪ ਇਸਮੇ ਕਾਮਯਾਬ ਨਹੀਂ ਹੋਂਗੇ, ਨਾ ਹਮਾਰੀ ਸਿਕਿਉਰਟੀ ਫੋਰਸਿਸ ਆਪਕੋ ਕਾਮਯਾਬ ਹੋਣੇ ਦੇਗੀ। ਆਪ ਜਹਾਂ ਵੀ ਹੈ ਇਸ ਮੈਂ ਆਪਣਾ ਚੈਨਲ ਕੇ ਮਾਧਿਅਮ ਸੇ ਸੁਣ ਰਹੇ ਹੈ, ਆਪ ਬਚੇਂਗੇ ਨਹੀਂ। ਆਪਨੇ ਪੁੰਛ ਕੀ ਏਕਤਾ ਕੋ, ਅਖੰਡਤਾ ਕੋ, ਮੁਸਲਿਮ ਹਿੰਦੂ ਮੁਸਲਿਮ ਭਾਈਚਾਰੇ ਕੋ ਨੁਕਸਾਨ ਪਹੁੰਚਾਉਣੇ ਕੀ ਕੋਸ਼ਿਸ਼ ਕੀ ਹੈ, ਕਿਉਂਕਿ ਆਪਕੋ ਇਹ ਪਤਾ ਥਾ ਕਿ ਯਹਾਂ ਪੇ ਬਹੁਤ ਬੜਾ ਇੱਕ ਰਿਲੀਜੀਅਸ ਪ੍ਰੋਗਰਾਮ ਹੋਣੇ ਜਾ ਰਹਾ ਹੈ, ਰਮਜ਼ਾਨ ਸ਼ਰੀਫ ਕਾ ਮਹੀਨਾ ਵੀ ਹੈ, ਔਰ ਜੋ ਭਾਈਚਾਰਾ ਪੁੰਛ ਕਾ ਉਸਕੋ ਖਰਾਬ ਕਰਨੇ ਕੀ ਆਪਨੇ ਕੋਸ਼ਿਸ਼ ਕੀ ਹੈ, ਮਗਰ ਇਹ ਆਪ ਕਹੇ ਕਿ ਹਮਾਰੀ ਪੁਲਿਸ ਜੋ ਇਸ ਵਕਤ ਜੋ ਹੈ ਸਾਰੀ ਕੀ ਸਾਰੀ ਯਹਾਂ ਪੇ ਪਹੁੰਚੀ ਹੋਈ ਹੈ, ਉਹ ਬਚ ਕੇ ਨਿਕਲਣ ਵਾਲਾ ਨਹੀਂ ਹੈ, ਉਹ ਜਲਦ ਹੀ ਜੋ ਇਸ ਇਲਾਕੋ ਕੇ ਪਿੱਛੇ ਹੋਗਾ। ਫਿਰ ਮੈਂ ਯਹਾਂ ਕੇ ਪੁੰਛ ਕੇ ਆਵਾਮ ਸੇ ਕਹੂੰਗਾ, ਮੈਂ ਗੁਰਦੁਆਰਾ ਸਾਹਿਬ ਕਾ ਜਨਰਲ ਸੈਕਟਰੀ ਹੋਣੇ ਕੇ ਨਾਤੇ ਕੋਈ ਐਸੀ ਹਮਨੇ ਕੋਈ ਬਾਤ ਨਹੀਂ ਕਰਨੀ ਹੈ, ਕੁਛ ਨਹੀਂ ਕਰਨੀ ਹੈ, ਕੋਸ਼ਿਸ਼ ਕਰਨੀ ਹੈ ਕੋਈ ਐਸਾ ਆਦਮੀ ਕੋਈ ਗਲਤ ਅਨਾਸਰ ਹਮੇ ਕਹੀਂ ਸੇ ਮਿਲੇ ਉਸਕੋ ਪਕੜ ਕੇ ਪੁਲਿਸ ਕੇ ਹਵਾਲੇ ਹਮਨੇ ਕਰਨਾ ਹੈ।